ਜਿੰਨਾ ਓਵਰ ਫਲੋ ਹੋ ਚੁੱਕਿਆ ਵਾ ਕਿ ਇਹਦਾ ਪਾਣੀ ਜੋ ਕਿ ਆਲੇ ਦੁਆਲੇ ਖੇਤਾਂ ਵਿੱਚ ਉਹ ਵੀ ਦਰਿਆ ਦਾ ਰੂਪ ਧਾਰਨ ਕਰਕੇ ਵਗ ਰਿਹਾ ਵਾ। ਸਾਨੂੰ ਠੋਰ ਦੀ ਬਿਆ ਡੇਂਜਰ ਪੁਆਇੰਟਾਂ ਤੇ ਪੂਰੀ ਸੁਰੱਖਿਆ ਕਰ ਉਹਨਾਂ ਨੂੰ ਬੰਨਣ ਕਿੰਨਾ ਧਰਨਾ ਲਾ ਅਸੀਂ ਕੋਲ ਕੇ ਜਾਈਏ ਘਰ ਛੱਡ ਕੇ ਜਾਈਏ ਆਪਦਾ ਕਿੱਥੇ ਮਾਲਕ ਬਾਈਏ। ਭਾਰੀ ਬਾਰਿਸ਼ ਨੇ ਜਿੱਥੇ ਇੱਕ ਪਾਸੇ ਜਨ ਜੀਵਨ ਨੂੰ ਠੱਪ ਕੀਤਾ, ਉਧਰ ਦੂਸਰੇ ਪਾਸੇ ਮਾਛੀਵਾੜਾ ਇਲਾਕੇ 'ਚ ਬੁੱਢੇ ਦਰਿਆ ਦਾ ਪਾਣੀ ਓਵਰ ਫਲੋ ਹੋਣ ਕਾਰਨ ਲੋਕਾਂ ਦੇ ਖੇਤਾਂ ਤੇ ਘਰਾਂ ਵਿੱਚ ਜਾ ਵੜਿਆ ਅਤੇ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ। ਮੈਂ ਸੰਜੀਵ ਨਾਗਪਾਲ ਜੀ ਸ੍ਰੀ ਮਾਛੀਵਾੜਾ ਸਾਹਿਬ ਤੋਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹਾਂ ਜੀ, ਮਾਛੀਵਾੜਾ ਦਾ ਬੁੱਢਾ ਦਰਿਆ ਵਾ ਜੋ ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਇੰਨਾ ਓਵਰ ਫਲੋ ਹੋ ਚੁੱਕਿਆ ਵਾ ਕਿ ਇਹਦਾ ਪਾਣੀ ਜੋ ਕਿ ਆਲੇ ਦੁਆਲੇ ਖੇਤਾਂ ਵਿੱਚ ਉਹ ਵੀ ਦਰਿਆ ਦਾ ਰੂਪ ਧਾਰਨ ਕਰਕੇ ਵਗ ਰਿਹਾ ਵਾ ਅਤੇ ਜ਼ਿਮੀਂਦਾਰਾਂ ਦੀਆਂ ਸਾਰੀਆਂ ਫਸਲਾਂ ਪਾਣੀ ਵਿੱਚ ਡੁੱਬ ਕੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਵਾ ਅਤੇ ਆਲੇ ਦੁਆਲੇ ਵਸਦੀਆਂ ਕਲੋਨੀਆਂ ਵਿੱਚ ਵੀ ਇਹਦਾ ਪਾਣੀ ਓਵਰ ਫਲੋ ਹੋ ਕੇ ਘਰਾਂ ਵਿੱਚ ਵੀ ਜਾ ਵੜਿਆ ਹੈ ਅਤੇ ਜੋ ਕਿ ਜੇ ਇਸ ਤਰ੍ਹਾਂ ਹੀ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਸਤਲੁਜ ਦਰਿਆ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉੱਥੇ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਕਿ ਬੁੱਢੇ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਘਰਾਂ ਤੱਕ ਆ ਗਿਆ, ਪਰ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਹਨਾਂ ਕੋਲ ਨਹੀਂ ਪਹੁੰਚਿਆ। ਜੇ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੀ ਤਾਂ ਇੱਥੇ ਵੀ ਸਤਲੁਜ ਦਰਿਆ 'ਚ ਵੱਧ ਰਹੇ ਪਾਣੀ ਕਰਕੇ ਖਤਰੇ ਦੀ ਘੰਟੀ ਵੱਜ ਚੁੱਕੀ ਹੈ, ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ 'ਚ ਅਲਰਟ ਜਾਰੀ ਕਰ ਦਿੱਤਾ। ਅੱਜ ਅਸੀਂ ਮਾਣਯੋਗ DC ਸਾਹਿਬ ਅਤੇ SDM ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਰਿਆ ਦੇ ਨਾਲ ਲੱਗਦੇ ਪਿੰਡ ਚਾਂਦੀਵਾਲਾ, ਟੇਂਡੀਵਾਲਾ, ਗੱਟੀ ਰਾਜੋ ਕੇ ਕਾਲੂਵਾੜਾ, ਜਿੰਨੇ ਵੀ ਨਾਲ ਦਰਿਆ ਦੇ ਪਿੰਡ ਲੱਗਦੇ ਇਹਨਾਂ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਦੱਸਣ ਆਏ ਹਾਂ ਵੀ ਪਾਣੀ ਦਾ ਜਿਹੜਾ ਵਹਾਅ ਬਹੁਤ ਤੇਜ਼ ਪਿੱਛੇ ਅਤੇ ਭਾਖੜਾ ਡੈਮ ਤੋਂ ਪਾਣੀ ਵੀ ਕਾਫੀ ਛੱਡਿਆ ਜਾ ਚੁੱਕਾ ਹੈ, ਜਿਸ ਕਰਕੇ ਤੁਸੀਂ ਆਪਣੇ ਜਿਹੜੇ ਪਸ਼ੂ ਡੰਗਰ ਬੱਚੇ ਅਤੇ ਬਜ਼ੁਰਗ ਬਿਮਾਰ ਹੈ ਉਹਨਾਂ ਨੂੰ ਪਿੱਛੇ ਆਪਣੇ ਰਿਸ਼ਤੇਦਾਰਾਂ ਕੋਲ ਜਾਂ ਜਿਹੜਾ ਪ੍ਰਸ਼ਾਸਨ ਵੱਲੋਂ ਫਿਰੋਜ਼ਪੁਰ ਵਿਖੇ ਇੰਤਜ਼ਾਮ ਕੀਤਾ ਜਿਸ ਜਗ੍ਹਾ ਉੱਥੇ ਛੱਡਿਓ ਤਾਂ ਕਿ ਕਿਸੇ ਦਾ ਵੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ। ਕੀ ਕੋਈ ਖਤਰੇ ਦੀ ਘੰਟੀ ਵੱਜ ਚੁੱਕੀ ਆ? ਕਿਸ ਤਰ੍ਹਾਂ ਖਤਰੇ ਦੀ ਘੰਟੀ? ਪਿੱਛੋਂ ਬਾਰਿਸ਼ਾਂ ਬਹੁਤ ਤੇਜ਼ ਨੇ, ਪਾਣੀ ਬਾਰ ਬਾਰ ਛੱਡਿਆ ਜਾ ਰਿਹਾ ਅਤੇ ਕੁਛ ਵੀ ਹੋ ਸਕਦਾ, ਕੁਦਰਤ ਵੱਲੋਂ ਹੈਗਾ ਅਤੇ ਇਸ ਵਾਸਤੇ ਸਾਰਿਆਂ ਨੂੰ ਅਗਾਹ ਕਰਨਾ ਜ਼ਰੂਰੀ ਆ। ਪਿੰਡ ਵਾਸੀਆਂ ਦਾ ਕਹਿਣਾ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਅਲਰਟ ਰਹਿਣ ਲਈ ਕਿਹਾ ਅਤੇ ਆਪਣੇ ਬੱਚੇ ਪਸ਼ੂ ਵਗੈਰਾ ਸੁਰੱਖਿਅਤ ਜਗ੍ਹਾ ਲਿਜਾਣ ਲਈ ਗੱਲ ਕਹੀ ਹੈ। ਟਿੰਡੀ ਵਾਲੇ ਅੱਜ ਪ੍ਰਸ਼ਾਸਨ ਨੇ ਸਾਨੂੰ ਜਾਗਰੂਕ ਕੀਤਾ ਕਿ ਫਲੱਡ ਆ ਰਿਹਾ, ਪਾਣੀ ਆ ਰਿਹਾ, ਕੀ ਪਤਾ ਕਿਤਨਾ ਆ ਰਿਹਾ, ਇਹਦਾ ਕੋਈ ਅੰਤ ਨਹੀਂ, ਵੀ ਜ਼ਿਆਦਾ ਵੀ ਆ ਸਕਦਾ, ਥੋੜ੍ਹਾ ਵੀ ਆ ਸਕਦਾ, ਵੀ ਆਪਣੇ ਬੱਚੇ ਸੇਫ ਜਗ੍ਹਾ 'ਤੇ ਕਰ ਲਓ, ਪਸ਼ੂ ਚਾਰਾ ਵਗੈਰਾ ਦਾ ਪ੍ਰਬੰਧ ਕਰ ਲਓ ਜਾਂ ਹੋਰ ਵੀ। ਸਾਡੇ ਬਿਲਕੁਲ ਨਦੀ ਬਿਲਕੁਲ ਵਿਆਸ ਨਦੀ ਅਤੇ ਸਤਲੁਜ ਇਕੱਠੀਆਂ ਦੋਨੋਂ ਸਾਡੇ ਪਿੰਡ ਤੋਂ ਚਾਰ ਪੰਜ ਕਿੱਲੇ ਦੂਰ ਆ, ਹਰ ਸਾਲ ਹੀ ਸਾਡੇ ਪਾਣੀ ਆਉਂਦਾ ਰਹਿੰਦਾ ਜਿਹਦਾ ਸਾਨੂੰ ਖਤਰਾ ਬਣਿਆ ਰਹਿੰਦਾ। ਉਸ ਬਾਰੇ ਸਾਨੂੰ ਅੱਜ ਜਾਗਰੂਕ ਕੀਤਾ, ਅਸੀਂ ਅਨਾਉਂਸਮੈਂਟ ਵੀ ਕਰਾਂਗੇ ਅੱਜ ਗੁਰਦੁਆਰੇ ਵੀ ਆਪਦਾ ਸਭ ਪਿੰਡ ਵਾਲੇ ਜਾਗਰੂਕ ਰਹੇ। ਉੱਥੇ ਜਾਂਚ ਅਧਿਕਾਰੀ ਨੇ ਕਿਹਾ ਕਿ DC ਵੱਲੋਂ ਉਹਨਾਂ ਨੂੰ ਹਦਾਇਤ ਜਾਰੀ ਹੋਈ ਜਿਸ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਕਰਨ ਲਈ ਪਹੁੰਚੇ ਨੇ ਕਿ ਉਹ ਆਪਣਾ ਸਮਾਨ ਲੈ ਕੇ ਸੁਰੱਖਿਅਤ ਜਗ੍ਹਾ 'ਤੇ ਚਲੇ ਜਾਣ। ਪ੍ਰਸ਼ਾਸਨ ਵੱਲੋਂ ਅਲਰਟ ਕੀਤਾ ਗਿਆ ਅੱਜ ਜੀ, ਮਾਨਯੋਗ DC ਸਾਹਿਬ ਵੱਲੋਂ ਸਾਨੂੰ ਹਦਾਇਤ ਹੋਈ ਆ, ਨਾਲ ਆਪਣੇ ਕਨਗੋ ਸਾਹਿਬ ਵੀ ਨੇ, ਹੋਰ ਵੀ ਅਫਸਰ ਫੀਲਡ ਵਿੱਚ ਨੇ, ਕਿਉਂਕਿ ਜਿਹੜੀਆਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ਾਂ ਹੋ ਰਹੀਆਂ ਨੇ ਉਹਦੇ ਕਰਕੇ ਦਰਿਆਵਾਂ ਦਾ ਪੱਧਰ ਜਿਹੜਾ ਕਾਫੀ ਵੱਧ ਚੁੱਕਿਆ, ਡੈਮ ਦੇ ਵਿੱਚ ਪਾਣੀ ਬਹੁਤ ਵੱਧ ਚੁੱਕਾ, ਇਸ ਕਰਕੇ ਅਸੀਂ ਜਿਹੜੇ ਦਰਿਆ ਦੇ ਉੱਪਰ ਪਿੰਡ ਨੇ ਸਾਡੇ, ਖਾਸ ਕਰਕੇ ਜਿਵੇਂ ਪਿੱਛੇ ਸਾਡੇ ਹੈਗਾ ਆਪਣਾ ਪੱਲਾ ਮੇਘਾ, ਕਿਲਚੇ, ਨਿਹਾਲੇ ਵਾਲਾ, ਇੱਧਰ ਆ ਗਿਆ ਆਪਣਾ ਚਾਂਦੀ ਵਾਲਾ, ਇੱਥੇ ਆਪਾਂ ਟੇਂਡੀ ਵਾਲਾ, ਸੁੰਦਰ ਗੱਟੀ, ਕਾਲੂ ਵਾਲਾ, ਹਥਾੜ, ਹੋਰ ਆਪਣੇ ਜਿੰਨੇ ਵੀ ਸਾਡੇ ਇਹ ਦਰਿਆ ਦੀ ਮਾਰ ਵਿੱਚ ਨੇ ਜਿਹੜੇ ਪਿੰਡ, ਅਸੀਂ ਇਹਨਾਂ ਲੋਕਾਂ ਨੂੰ ਬੇਨਤੀ ਕੀਤੀ ਹੈ ਵੀ ਆਪਣਾ ਮਾਲ ਡੰਗਰ, ਬੱਚੇ, ਬਜ਼ੁਰਗ, ਜੇ ਕੋਈ ਘਰ ਦੇ ਵਿੱਚ ਮੈਂਬਰ ਬਿਮਾਰ ਆ ਜਾਂ ਹੋਰ ਕੋਈ ਕੀਮਤੀ ਜਿਹੜਾ ਸਮਾਨ ਆ ਉਹਨੂੰ ਕੱਢ ਕੇ ਪਿੱਛੇ ਲੈ ਜਾਓ ਸੇਫ ਜਗ੍ਹਾ 'ਤੇ। ਜੇ ਸਾਡੀ ਕੋਈ ਲੋੜ ਆ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਸਿਵਲ ਪ੍ਰਸ਼ਾਸਨ ਦੀ,
डीसी साहब ने ताही नाल भेजा इन्हों कनगो साहब तो होर अफसरों नू कि तुसी जिस तरह की भी पब्लिक नू कोई किसी सहूलत की लोड़ आ तो उन्होंने इस गल जाके उन्होंने पता करो तो उन्होंने एक हदायत करो कि जल्दी तो जल्दी जरा अपना समान इतों कीमती क्ड के पिछे सेफ जगह पर भेज दौ। उधर लुधियाना च पैंदे पिंड भोलेवाल कदीन च बन टुटन कारण पूरा पिंड जलथल हो गया जिस कारण कई लोग भी फस गए जिन्हों NDRF दी टीमां दी सहायता नाल बाहर कढ़िया जा रहा है। पिंड वासियों दा इस बारे की कहना आओ सुनते हैं। करीब रात 4 बजे के करीब काफ़ी पानी आ जाने के कारण इतने साढ़े बन के पार पै गया जिस के नाल कि हौली 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 वादा वादा 50 से 60 फुट का सिस्टम हो चुका है जिसकी मार के हेठ देखो जी 4 पिंड की आ चुके हैं। लुधियाने के 4 पिंड लुधियाने जिले के हल्का गिल के 4 पिंड आ चुके हैं। इस तो अलावा दस कि फ्लोर च भी 4-5 पिंड जोड़े हाँ जी ये जिदा मोतीपुर खालसा होया गन्ना पिंड होया इदा जे साडे नाल जॉइंट लगते क्योंकि हद के लुधियाना जिले की हद के आखिरी 4 पिंड हैं तो ये 4 पिंड इन्हें जलंधर की भी मार च लै ले हैं। कुछ लोग फसे भी है जी इतने 100 से 150 लोग करीब भी फसे हुए हैं सारे पिंड के पिंड बन टुटे भोलेवाल कदीम है जी भोलेवाल कदीम कदीम प्रशासन वालों तो सानू देखो जी असीं रात 7 बजे लग गए करीब करीब इन्हें बचाने की कोशिश कर रहे थे जो अपन ट्रालियां अपना तेल फूक के अपनी लेबर लगा के सारा कुछ कर रहे थे प्रशासन का कोई भी अधिकारी साढ़े पास नहीं पहुंचा। जे गल की जाए जलंधर की तो यह शहर भी पानी की लपेट में आ गया चारे पास पानी ही पानी हो गया जिस करके किसानों की कई एकड़ फसल भी तबाह हो गई ते हालात काफी नाजुक बने हुए ने। जिथे हुण पानी इन्ना ज्यादा आएगा तो वीक पॉइंट बन ने तो टुटना ही है जो हालात हो रहे 2.5 लाख क्यूसक दस रहा पानी हर वारी सानू ए मार पैंदी है हुण असीं बड़े हैरान है कि असीं अपना माल डंगर लै के किथे मई तो लै के इहदा प्रबंध हो सकदा सी करदे तां थोड़ा इधर पासे आ जी इधर पासे हुण मौके दे आण के की प्रबंध होणे जी इहदे इहनां चीज़ां दे। तुहानू दस दिए कि भाखड़ा डैम दे पानी छड्डन दे नाल इस दी लपेट च कई पिंड आ चुके ने। सतलुज दरिया अपने कहर ते उछाला मार रहा है जिहदी लपेट च भी कई पिंड आउण दा खासा जताया जा रहा है जिस करके सारे पिंड अलर्ट ते कीते गए ने ते लोकां नू सुरक्षित जगह ते जाण दे निर्देश दिते गए ने। खन्ना तो संजय सैनी, फिरोजपुर तो सुखचैन सिंह, लुधियाना तो अनुपम महिंद्रो दे नाल जलंधर तो पुनीत अरोड़ा दी रिपोर्ट चैनल पंजाब। हर लेटेस्ट खबर नूं सब तो पहला देखने लिए साडे चैनल चैनल पंजाब नूं करो सब्सक्राइब ते नोटिफिकेशन लई दबाओ बैल दा बटन।